ਭਰਤ ਦੀ ਦੀਪਿਕਾ ਪੱਲਿਕਲ ਅਤੇ ਹਰਿੰਦਰਪਾਲ ਸਿੰਘ ਸੰਧੂ ਦੀ ਜੋੜੀ ਨੇ ਹਾਂਗ ਜੋਵੇ ਵਿੱਚ ਏਸ਼ੀਆਈ ਮਿਕਸ ਡਬਲ ਸਕੁਐਸ਼ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ ਜਿੱਤ ਲਿਆ। ਤੀਜਾ ਦਰਜਾ ਹਾਸਲ ਦੀਪਿਕਾ ਅਤੇ ਹਰਿੰਦਰਪਾਲ ਨੇ ਇਵਾਨ ਯੂਐਨ ਅਤੇ ਰਾਜੇਲ ਰਨੋਲਡ ਦੀ ਦੂਜਾ ਦਰਜਾ ਹਾਸਲ ਜੋੜੀ ਨੂੰ 2-0 ਦੇ ਫਰਕ ਨਾਲ ਹਰਾਇਆ। ਇਸ ਦੌਰਾਨ ਅਨਹਤ ਸਿੰਘ ਅਤੇ ਅਭਿਆ ਸਿੰਘ ਦੀ ਜੋੜੀ ਨੇ ਕਾਂਸੀ ਦਾ ਤਮਗਾ ਜਿੱਤਿਆ। ਕੇਂਦਰੀ ਖੇਡ ਮੰਤਰੀ ਅਨੁਰಾಗ್ ਸਿੰਘ ਠਾਕੁਰ ਨੇ ਦੀਪਿਕਾ ਪੱਲਿਕਲ ਅਤੇ ਹਰਿੰਦਰਪਾਲ ਸੰਧੂ ਨੂੰ ਜਿੱਤ ਲਈ ਵਧਾਈ ਦਿੱਤੀ ਇੱਕ ਟਵੀਟ ਵਿੱਚ ਉਹਨਾਂ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਦੇ ਸਮਰਪਣ ਅਤੇ ਦ੍ਰਿੜਤਾ ਦੀ ਝਲਕ ਉਹਨਾਂ ਦੇ ਪ੍ਰਦਰਸ਼ਨ ਵਿੱਚ ਦੇਖਣ ਨੂੰ ਮਿਲੀ ਅਤੇ ਉਹਨਾਂ ਦੇ ਉਹਨਾਂ ਨੇ ਸਿਖਰੋਂ ਦੂਜੇ ਦਰਜੇ ਦੇ ਖਿਡਾਰੀਆਂ ਨੂੰ ਹਰਾਇਆ